ਕੀ ਨਾਮ ਹੈ? ਮੇਰਾ ਨਾਮ ਸ਼ਤਰੂਗਨ। ਕੈਸੇ ਆਗ ਲਗੀ ਤੁਹਾਨੂੰ? ਪਹਿਲਾਂ ਲਾਈਟ ਗਈ ਹੋਈ ਸੀ, ਅਭੀ ਲਾਈਟ ਆਈ ਤੇ ਬਸ ਪਟਾਕਾ ਫੜਾ ਤੇ ਉੱਪਰ ਗਿਰ ਗਿਆ, ਜਲ ਗਿਆ ਜੀ। ਮਨ ਤੋਂ ਕੁਛ ਨਹੀਂ, ਇੱਕ ਰੇਹੜੀ ਖੜੀ ਸੀ, ਇੱਕ ਰਿਕਸ਼ਾ, ਇੱਕ ਮੋਟਰਸਾਈਕਲ ਖੜਾ ਥਾ ਜੀ। ਔਰ ਮੇਰਾ ਡੈਡੀ ਬਿਮਾਰ ਹੈ, ਇਸੀ ਲਈ ਮੈਂ ਉਸਕੋ ਬਾਹਰ ਨਿਕਾਲ ਕੇ ਰੱਖਾ ਥਾ, ਲਾਈਟ ਨਹੀਂ ਹੈ ਯਹਾਂ ਪੇ, ਇਸ ਕਰਕੇ ਉਹ ਸੁਬਹ ਸੇ ਲਾਈਟ ਗਈ ਹੋਈ ਸੀ, ਲਾਈਟ ਅਭੀ ਆਈ ਤੇ ਇੱਕਦਮ ਹੀ ਪਟਾਕਾ ਫੜਾ ਤੇ ਸਾਰਾ ਲੱਗ ਗਿਆ ਆ ਗਿਆ। ਮੇਰਾ ਪਾਪਾ ਥਾ ਜੀ, ਮਰੀਜ਼ ਹੈ ਜੀ, ਉਸਕੋ ਯਹਾਂ ਪੇ ਰੱਖਾ ਥਾ, ਜਾਂ ਗਰਮੀ ਕਰਕੇ ਅੰਦਰ ਨਹੀਂ ਰੱਖਾ ਥਾ, ਕਭੀ ਲਾਈਟ ਨਹੀਂ ਸੀਗੀ, ਬਾਹਰ ਬਿਠਾਇਆ ਇਸ ਤਰ੍ਹਾਂ। ਨਹੀਂ, ਮੇਰੇ ਡੈਡੀ ਕੋ ਸੱਟ ਨਹੀਂ ਲੱਗੀ, ਬੁੜੇ ਡੈਡੀ। ਨੁਕਸਾਨ ਤੋਂ ਰੇਹੜੀ ਖੜੀ ਸੀ, ਇੱਕ ਬਾਈਕ ਖੜੀ ਸੀ, ਇੱਕ ਇੱਕ ਰਿਕਸ਼ਾ ਆਈ, ਔਰ ਕੋਈ ਕੱਪੜੇ ਲੱਤੇ ਔਰ ਕੁਛ ਨਹੀਂ। ਮੇਰਾ ਨਾਂ ਨਿਰਮਲ ਕੁਮਾਰ ਹੈ ਜੀ। ਇਹ ਸਾਨੂੰ ਹੁਣ ਸੂਚਨਾ ਮਿਲੀ ਸੀ ਕੋਈ 15 ਮਿੰਟ ਪਹਿਲਾਂ ਵੀ ਇੱਥੇ ਐਂ ਕਰਕੇ ਝੁੱਗੀਆਂ ਅਤੇ ਉਹਨਾਂ 'ਚ ਅੱਗ ਲੱਗ ਗਈ ਹੈ ਜੀ, ਰੇਲਵੇ ਦੇ ਨਾਲ ਜੀ, ਅਤੇ ਉਹਦੇ ਵਿੱਚ ਮੋਟਰਸਾਈਕਲ ਅਤੇ ਇਹਨਾਂ ਦੇ ਰੇਹੜੀਆਂ ਅਤੇ ਕੋਈ ਜਾਨਵਰ ਮਤਲਬ ਕੁੱਕੜੀਆਂ ਵਗੈਰਾ ਸੀਗੀਆਂ, ਅਤੇ ਇੱਕ ਬੰਦਾ ਸੀ ਉਹ ਪਹਿਲਾਂ ਨਿਕਲ ਗਿਆ ਸੀਗਾ ਜੀ, ਵਿੱਚ ਪਿਆ ਸੀਗਾ। ਹਾਂਜੀ, ਹੁਣ ਬਚਾਇਆ ਜੀ। ਨੁਕਸਾਨ ਦਾ ਅੰਦਾਜ਼ਾ ਤਾਂ ਹਜੇ ਨਹੀਂ ਲਗਾਇਆ ਜਾ ਸਕਦਾ ਸਰ। ਹਾਂਜੀ, ਸੂਬੀ ਸਾਰੀ ਸੜ ਗਈ, ਮੋਟਰਸਾਈਕਲ ਵਗੈਰਾ ਸਾਰੇ ਵਿੱਚ ਸੜ ਗਏ ਇਹਨਾਂ ਦੇ। ਕੀ ਕਾਰਨ ਬਣਿਆ ਤੇ ਕਿਸ ਨੂੰ ਨੁਕਸਾਨ ਹੋਇਆ? ਇਹਨਾਂ ਜੀ ਬਜ਼ੁਰਗ ਹੈਗੇ ਆ ਮਨੋਹਰ ਨਾਲ, ਇਹ ਬਿਹਾਰ ਦੇ ਰਹਿਣ ਵਾਲੇ ਆ, ਇਹਨਾਂ ਦੀ ਇੱਥੇ ਝੁੱਗੀ ਸੀਗੀ ਜੀ, ਉੱਪਰ ਸ਼ਾਰਟ ਸਰਕਟ ਹੋਇਆ ਤਾਰਾਂ ਤੋਂ, ਲੱਕੜ ਨੂੰ ਅੱਗ ਪੈ ਗਈ ਜੀ, ਫਿਰ ਵੱਧ ਗਈ, ਬਸ ਕਾਫੀ ਨੁਕਸਾਨ ਹੋ ਗਿਆ ਇਹਨਾਂ ਦਾ, ਅੱਗ ਤੇ ਕਾਬੂ ਪੈ ਗਿਆ ਜੀ। ਨੁਕਸਾਨ ਹੋਇਆ? ਬਾਈਕ ਬੂਕ ਖੜੇ ਸੀ ਜੀ, ਹੋਰ ਇਹਨਾਂ ਦੇ ਰੋਜ਼ਮਰਾ ਦੇ ਬਰਤਨ ਵਗੈਰਾ ਸੀਗੇ, ਅੰਦਰ ਕੱਪੜੇ ਸੀਗੇ ਜੀ, ਮੋਟਰਸਾਈਕਲ ਸੀ ਜੀ ਜੀ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਹੁਣ ਤੁਸੀਂ ਫਾਸਟ ਅਨਿਊਜ਼ ਪੰਜਾਬ ਦੀ ਐਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ। ਧੰਨਵਾਦ।